ਬਹੁਤ ਸਵਾਗਤ ਹੈ ਜੀ ਸਾਰਿਆਂ ਦਾ। ਮੈਂ ਹਾਂ ਸੁਰਿੰਦਰ ਡੱਲਾ ਦੇ ਬਹੁਤ ਹੀ ਖਾਸ ਸ਼ੋਅ ਪ੍ਰਿਥੀਪਾਲ ਸਿੰਘ ਗਿੱਲ ਉਹਨਾਂ ਨਾਲ ਕਰਾਂਗੇ। ਮੈਂਬਰ ਨੇ ICCRC ਦੇ ਔਰ ਉਚੇਚੇ ਤੌਰ 'ਤੇ ਸਾਡੇ ਨਾਲ ਮੌਜੂਦ ਨੇ। ਗਿੱਲ ਸਾਹਿਬ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ। ਗਿੱਲ ਸਾਹਿਬ, ਸਭ ਤੋਂ ਪਹਿਲਾਂ ਬਹੁਤ ਸਾਰੇ ਵਿਦਿਆਰਥੀ ਪੁੱਛਦੇ ਨੇ ਤੁਹਾਡੇ ਦਫ਼ਤਰ ਬਾਰੇ, ਕਿਹੜੇ ਕਿਹੜੇ ਦਿਨ ਤੁਸੀਂ ਕਿੱਥੇ ਬੈਠੇ ਹੋ। ਅੱਜ ਬਹੁਤ ਖਾਸ ਵਿਸ਼ਾ ਹੈ, ਇਹ ਵੀ ਪੁੱਛਾਂਗੇ ਗਿੱਲ ਸਾਹਿਬ ਤੋਂ ਕਿ ਕਿਹੜੇ ਵਿਦਿਆਰਥੀ ਨੇ ਜਿਹੜੇ ਫੇਲ ਹੋ ਜਾਂਦੇ ਨੇ ਕੈਨੇਡਾ 'ਚ, PR ਨਹੀਂ ਹਾਸਲ ਕਰ ਸਕਦੇ। ਕਿਉਂ ਕੈਨੇਡਾ 'ਚ PR ਹਾਸਲ ਕਰਨ ਤੋਂ ਵਿਦਿਆਰਥੀ ਵਾਂਝੇ ਰਹਿੰਦੇ ਨੇ? ਹਾਲਾਂਕਿ ਇਹ ਬਹੁਤ ਘੱਟ ਵਿਦਿਆਰਥੀ ਹੋਣਗੇ ਜਿਨ੍ਹਾਂ ਨੂੰ PR ਨਹੀਂ ਮਿਲਦੀ, ਪਰ ਉਹਨਾਂ ਨੂੰ ਵੀ ਕਿਉਂ ਨਹੀਂ ਮਿਲਦੀ ਔਰ PR ਆਸਾਨੀ ਨਾਲ ਮਿਲੇ, ਇਹਦੇ ਲਈ ਹੁਣੇ ਤੋਂ ਵਿਉਂਤਬੰਦੀ ਕਿਹੋ ਜਿਹੀ ਕੀਤੀ ਜਾਵੇ? ਇਹਨਾਂ ਸਾਰੇ ਵਿਸ਼ਿਆਂ 'ਤੇ ਗੱਲ ਕਰਾਂਗੇ। ਦੇਖੋ, ਹੁਣ ਤਾਂ ਕੈਨੇਡਾ ਨੂੰ ਲੈ ਕੇ ਬਹੁਤ ਤਕੜੇ ਰੁਝਾਨ ਆ ਰਹੇ ਨੇ, ਮਈ ਇਨਟੇਕ ਲਈ ਵੀ, ਜਨਵਰੀ ਇਨਟੇਕ ਦੀਆਂ ਵੀ ਕੁਝ ਕੁ ਸੀਟਾਂ ਖਾਲੀ ਨੇ ਗਿੱਲ ਸਾਹਿਬ ਕੋਲ। ਸਾਰੇ ਵਿਸ਼ਿਆਂ 'ਤੇ ਗੱਲ ਕਰਾਂਗੇ, ਪਹਿਲਾਂ ਤਾਂ ਗਿੱਲ ਸਾਹਿਬ ਦੱਸ ਦਿਓ ਕਿਹੜੇ ਦਿਨ ਕਿੱਥੇ ਤੁਹਾਨੂੰ ਵਿਦਿਆਰਥੀ ਆ ਕੇ ਮਿਲਣ? ਹਾਂਜੀ, ਮੈਨੂੰ ਆਮ ਤੌਰ 'ਤੇ ਫਰਾਈਡੇ, ਥਰਸਡੇ ਔਰ ਫਰਾਈਡੇ ਤੁਸੀਂ ਲੁਧਿਆਣੇ ਮਿਲ ਸਕਦੇ ਹੋ, ਔਰ ਬਾਕੀ ਦਿਨ ਸੈਟਰਡੇ, ਮੰਡੇ ਟੂ ਵੈਨਸਡੇ ਮੈਨੂੰ ਜਲੰਧਰ ਮਿਲ ਸਕਦੇ ਹੋ। ਦੋ ਆਫਿਸ ਨੇ ਸਾਡੇ, ਔਰ ਸਾਡੇ ਐਡਰੈਸਿਸ ਜਿਹੜੇ ਨੇ ਉਹ ਸਾਡੀ ਵੈਬਸਾਈਟ ਹੈਗੀ imcanimmigration.com। ਇਸ ਪ੍ਰੋਗਰਾਮ ਦੇ ਅੰਡਰਨੀਥ ਡਿਸਕ੍ਰਿਪਸ਼ਨ 'ਚ ਵੀ ਹੈਗੇ ਨੇ, ਦੇਖ ਕੇ ਅਪੁਆਇੰਟਮੈਂਟ ਲੈ ਕੇ ਮੈਨੂੰ ਆ ਕੇ ਜ਼ਰੂਰ ਮਿਲ ਸਕਦੇ ਹੋ। ਬਿਲਕੁਲ ਠੀਕ ਹੈ ਗਿੱਲ ਸਾਹਿਬ, ਹੁਣ ਸਭ ਤੋਂ ਪਹਿਲਾਂ ਇਹ ਦੱਸੋ ਕੈਨੇਡਾ 'ਚ PR ਲੈਣ ਦਾ ਪ੍ਰੋਸੈਸ, ਵਿਦਿਆਰਥੀ ਕੈਨੇਡਾ 'ਚ ਕਿਵੇਂ ਪੜ੍ਹਾਈ ਮੁਕਾਵੇ ਅਤੇ ਕਿਵੇਂ PR ਹਾਸਲ ਕਰੇ? ਦੇਖੋ, ਇੱਕ ਵੱਡੀ ਜਿਹੜੀ ਅਟਰੈਕਸ਼ਨ ਅੱਜ ਦੀ ਡੇਟ 'ਚ ਸਾਨੂੰ ਹੈਗੀ ਹੈ, ਖਾਸ ਤੌਰ 'ਤੇ ਪੰਜਾਬੀ ਸਟੂਡੈਂਟਸ ਨੂੰ, ਪੜ੍ਹਾਈ ਦਾ ਇੱਕ ਪਾਠ ਹੈਗਾ ਹੀ ਹੈਗਾ ਵਾ। ਪੜ੍ਹਾਈ ਤਾਂ ਅਗਰ ਆਪਾਂ ਗੱਲ ਕਰੀਏ, ਜਿੰਨੇ ਵੀ ਆਪਣੇ ਇੰਗਲਿਸ਼ ਕੰਟਰੀਜ਼ ਨੇ, ਚਾਹੇ ਆਸਟ੍ਰੇਲੀਆ ਹੋਵੇ, ਨਿਊਜ਼ੀਲੈਂਡ ਹੋਵੇ, UK ਹੋਵੇ, ਕੈਨੇਡਾ ਹੋਵੇ, USA ਹੋਵੇ, ਪੜ੍ਹਾਈ ਦਾ ਕੋਈ ਮੁਕਾਬਲਾ ਨਹੀਂ। ਡਿਵੈਲਪ ਕੰਟਰੀਜ਼ ਨੇ ਸਾਡੇ ਨਾਲ, ਪੜ੍ਹਾਈ ਦਾ ਸਿਸਟਮ ਚੰਗਾ ਵਾ, ਪੜ੍ਹਾਈ ਚੰਗੀ ਆ, ਜ਼ਿਆਦਾ ਪ੍ਰੈਕਟੀਕਲ ਪੜ੍ਹਾਈ ਹੈਗੀ ਆ, ਬੜੀ ਜੋਬ ਓਰੀਐਂਟਡ ਕੋਰਸਿਸ ਹੈਗੇ ਇਹਨਾਂ ਕੋਲ। ਹੁਣ ਵੱਡੀ ਗੱਲ ਸਾਡੀ ਅਟਰੈਕਸ਼ਨ ਕੈਨੇਡਾ ਵੱਲ ਤਾਂ ਰਹਿੰਦੀ ਹੈ, ਕਿਉਂਕਿ PR ਇੱਕ ਇਹੋ ਜਿਹੀ ਆਪਸ਼ਨ, ਇੱਕ ਕੈਨੇਡਾ ਇੱਕ ਵਾਹਿਦ ਇਹੋ ਜਿਹਾ ਕੰਟਰੀ ਹੈ ਨਾ ਸਾਰੇ 50 ਕੰਟਰੀਜ਼ ਦੇ ਵਿੱਚੋਂ ਜਿੱਥੇ ਸਟੂਡੈਂਟ ਨੂੰ PR ਲੈਣ ਦੀਆਂ ਜੋ ਆਪਸ਼ਨਸ ਉਹਨਾਂ ਕੋਲ ਅਵੇਲੇਬਲ ਨੇ, ਅਨਫੋਰਚੁਨੇਟਲੀ ਬਾਕੀ ਚਾਰਾਂ ਕੋਲ ਨਹੀਂ ਹੈਗੀਆਂ, ਜਿੱਥੇ ਤੱਕ ਸਟੂਡੈਂਟਸ ਦੀ ਗੱਲ ਆਉਂਦੀ ਆ। ਖਾਸ ਤੌਰ 'ਤੇ ਕਿਹੜੇ ਸਟੂਡੈਂਟ, ਜਿਹੜੇ +2 ਵਾਲੇ ਸਟੂਡੈਂਟ ਨੇ, ਗ੍ਰੈਜੂਏਟ ਸਟੂਡੈਂਟ ਦੀ ਕਹਾਣੀ ਥੋੜ੍ਹੀ ਡਿਫਰੈਂਟ ਹੋ ਜਾਂਦੀ ਹੈ। +2 ਵਾਲੇ ਸਟੂਡੈਂਟ ਲਈ ਜਿੰਨੀਆਂ ਆਪਸ਼ਨਸ ਕੈਨੇਡਾ ਕੋਲ ਨੇ ਉਹ ਕਿਤੇ ਨਹੀਂ ਹੈਗੀਆਂ। ਹੁਣ ਕੈਨੇਡਾ ਵਿੱਚ ਜਾ ਕੇ ਸਟੂਡੈਂਟ ਨੂੰ PR ਲੈਣ ਦੇ ਅਲੱਗ ਅਲੱਗ ਤਰੀਕੇ ਹੈਗੇ ਨੇ, ਉਹਦੇ 'ਚ ਤੁਹਾਡੀ ਫੈਡਰਲ ਗਵਰਨਮੈਂਟ ਦੇ ਕੁਝ ਪ੍ਰੋਗਰਾਮ ਨੇ ਜਿਨ੍ਹਾਂ 'ਚ ਜਾ ਕੇ ਤੁਸੀਂ PR ਲੈ ਸਕਦੇ ਹੋ, ਪ੍ਰੋਵਿੰਸ ਦੇ ਬਹੁਤ ਸਾਰਾ ਤਰ੍ਹਾਂ ਦੇ ਪ੍ਰੋਗਰਾਮ ਨੇ ਜਿਨ੍ਹਾਂ ਜਾ ਕੇ PR ਲੈ ਸਕਦੇ ਹੋ, ਔਰ ਆਨਲਾਈਨ ਟਾਈਮ 'ਤੇ ਤਾਂ ਹੋਰ ਕਈ ਤਰ੍ਹਾਂ ਦੇ ਪਾਇਲਟ ਪ੍ਰੋਜੈਕਟ ਹੈਗੇ ਨੇ ਜਿਨ੍ਹਾਂ ਵਿੱਚ ਜਾ ਕੇ ਤੁਸੀਂ PR ਹਾਸਲ ਕਰ ਸਕਦੇ ਹੋ। ਇਹਦੇ 'ਚ ਵੱਡੀ ਗੱਲ ਦੇਖਣ ਵਾਲੀ ਇਹ ਹੁੰਦੀ ਆ, ਕਿਸੇ ਵੀ ਕੰਟਰੀ ਤੁਸੀਂ ਜਾਂਦੇ ਹੋ, ਪਹਿਲੀ ਗੱਲ ਤਾਂ ਯਾਦ ਰੱਖੋ, ਅਗਰ ਤੁਹਾਡੀ ਪੜ੍ਹਾਈ ਪੂਰੀ ਨਹੀਂ ਹੁੰਦੀ ਤੁਹਾਨੂੰ ਪੋਸਟ ਸਟੱਡੀ ਵਰਕ ਪਰਮਿਟ ਨਹੀਂ ਮਿਲਦਾ। ਕੋਈ ਵੀ ਕੰਟਰੀ ਕਿਉਂ ਨਾ ਹੋਵੇ, ਚਾਹੇ ਉਹ ਕੈਨੇਡਾ ਹੋਵੇ, UK ਹੋਵੇ, ਆਸਟ੍ਰੇਲੀਆ ਹੋਵੇ, ਨਿਊਜ਼ੀਲੈਂਡ ਹੋਵੇ, ਅਤੇ ਪਹਿਲਾ ਜਿਹੜਾ ਹਰਡਲ ਹੁੰਦੀ ਆ ਸਟੂਡੈਂਟ ਲਈ ਉਹ ਹੁੰਦੀ ਆ ਪੜ੍ਹਾਈ ਪੂਰੀ ਕਰਨੀ। ਅਤੇ ਮੈਂ ਕੈਨੇਡਾ 'ਚ ਇਹੋ ਜਿਹੇ ਬਹੁਤ ਬੱਚਿਆਂ ਨੂੰ ਜਾਣਦਾ ਵਾ ਜਿਹੜੇ ਕਿਸੇ ਵਜ੍ਹਾ ਕਰਕੇ ਆਪਦੀ ਪੜ੍ਹਾਈ ਪੂਰੀ ਨਹੀਂ ਕਰ ਪਾਉਂਦੇ ਹੈਗੇ। ਪਿੱਛੇ ਮਾਂ ਬਾਪ ਨੂੰ ਵੀ ਇਸ ਗੱਲ ਦਾ ਨਹੀਂ ਪਤਾ ਹੁੰਦਾ, ਬੜੀ ਵਾਰ ਮੈਂ ਇਹੋ ਜਿਹੇ ਬਹੁਤ ਲੋਕਾਂ ਨੂੰ, ਬੱਚਿਆਂ ਨੂੰ ਜਾਣਦਾ ਵਾਂ। ਇਹ ਇੱਕ ਮੇਜਰ ਹਰਡਲ ਹੁੰਦੀ ਆ ਜਿੱਥੇ ਤੁਹਾਨੂੰ PR ਲਈ ਤੁਹਾਡੀਆਂ ਬ੍ਰੇਕਾਂ ਲੱਗ ਜਾਂਦੀਆਂ ਨੇ, ਫੋਰ ਵਨ ਰੀਜ਼ਨ ਔਰ ਦਾ ਅਦਰ। ਇਸ ਕਰਕੇ ਪੜ੍ਹਾਈ ਪੂਰੀ ਕਰਨੀ ਬਹੁਤ ਬਹੁਤ ਜ਼ਰੂਰੀ ਆ, ਔਰ ਫਿਰ ਤੁਸੀਂ ਪੋਸਟ ਗ੍ਰੈਜੂਏਟ ਵਰਕ ਪਰਮਿਟ ਵਾਲੇ ਪਾਸੇ ਵੱਧਦੇ ਹੋ, ਫਿਰ ਜਾ ਕੇ ਤੁਹਾਡੀ ਜਿਹੜੀ PR ਦੀ ਆਪਸ਼ਨ ਆ ਉਹ ਹੁੰਦੀ ਆ। ਹਾਂ, ਇਹ ਵੀ ਹੁੰਦਾ ਕਿ ਪੋਸਟ ਗ੍ਰੈਜੂਏਟ ਵਰਕ ਪਰਮਿਟ ਮਿਲਣ ਦੇ ਬਾਵਜੂਦ ਵੀ ਬਹੁਤ ਕੇਸਿਸ ਦੇ ਵਿੱਚ ਤੁਹਾਨੂੰ PR ਨਹੀਂ ਮਿਲਦੀ, ਉਹ ਅੱਗੇ ਆਪਾਂ ਉਸ ਮਾਮਲੇ 'ਤੇ ਡਿਸਕਸ ਕਰਾਂਗੇ ਕਿ ਕਿਉਂ, ਕਿਹਨੇ ਕਾਰਨਾਂ ਕਰਕੇ ਉੱਥੇ ਤੁਸੀਂ ਕਈ ਵਾਰ PR ਤੋਂ ਵਾਂਝੇ ਰਹਿ ਜਾਂਦੇ ਹੋ। ਬਿਲਕੁਲ ਠੀਕ ਹੈ ਜੀ, ਇਹ ਵੀ ਤੁਸੀਂ ਬਹੁਤ ਸਹੀ ਜਿਹੜੀਆਂ ਨੇ ਗੱਲਾਂ ਸਾਡੇ ਨਾਲ ਕੀਤੀਆਂ ਨੇ। ਗਿੱਲ ਸਾਹਿਬ, ਕਈ ਵਾਰੀ ਅਸੀਂ ਦੇਖਦੇ ਹਾਂ ਕਿ ਪੰਜਾਬ 'ਚੋਂ ਵਿਦਿਆਰਥੀ ਕਿਸੇ ਪ੍ਰਾਈਵੇਟ ਕਾਲਜ 'ਚ ਐਡਮਿਸ਼ਨ ਲੈ ਲੈਂਦੇ ਨੇ, ਕਹਿੰਦੇ ਨੇ ਇੱਕ ਸਾਲ ਪ੍ਰਾਈਵੇਟ ਕਾਲਜ 'ਚ ਲਾਓ ਅਤੇ ਦੂਜਾ ਸਾਲ ਕਿਸੇ ਸਰਕਾਰੀ ਕਾਲਜ 'ਚ ਲਾ ਲਓ। ਇੱਕ ਤਾਂ ਆਹ ਕੇਸ ਹੈ, ਕਿ ਅਜਿਹੇ ਵਿਦਿਆਰਥੀਆਂ ਨੂੰ PR ਲੈਣ 'ਚ ਕਿਸੇ ਤਰ੍ਹਾਂ ਦੀ ਦਿੱਕਤ ਤਾਂ ਨਹੀਂ ਆਉਂਦੀ? ਦੇਖੋ, ਵੱਡੀਆਂ ਗੱਲਾਂ ਇਹ ਨੇ ਕਿ ਜਿਹੜੀ ਆਪਾਂ ਇੱਥੋਂ ਜਦ ਜਾਂਦੇ ਹਾਂ, ਮੈਨੂੰ ਆਮ ਤੌਰ 'ਤੇ, ਮੈਂ ਇਸ ਗੱਲ 'ਤੇ ਹੈਰਾਨ ਹੁੰਦਾ ਵੀ ਕਿਉਂ ਆਪਾਂ ਇਹੋ ਜਿਹਾ ਕੰਸਲਟੈਂਟ ਚੂਜ਼ ਕਰਦੇ ਹਾਂ ਜਿਹਨੂੰ ਉਸ ਚੀਜ਼ ਦੀ ਕੋਈ ਪੂਰਾ ਗਿਆਨ ਹੈ ਨਹੀਂ, ਨੌਲੇਜ ਹੀ ਹੈ ਨਹੀਂ। ਇੱਕ ਤਾਂ ਹੁੰਦਾ ਕਿ ਅੱਜ ਦੀ ਡੇਟ 'ਚ ਅਵੇਅਰਨੈਸ ਨਹੀਂ ਹੈਗੀ, ਅੱਜ ਦੀ ਡੇਟ ਤਾਂ ਸੋਸ਼ਲ ਮੀਡੀਆ 'ਚ ਬਹੁਤ ਵੱਡੀ ਅਵੇਅਰਨੈਸ ਆ। ਮੈਂ ਸਰਪ੍ਰਾਈਜ਼ ਹੋਇਆ ਸਮਟਾਈਮਸ, ਆਈ ਡੋਂਟ ਨੋ ਕਿਉਂ ਤਾਂ ਆਪਾਂ ਅਟਰੈਕਟ ਹੋ ਜਾਂਦੇ ਹਾਂ ਉਹਨਾਂ ਦੀ ਗੱਲਾਂ 'ਚ ਆ ਜਾਂਦੇ ਹਾਂ। ਗੱਲ ਰਹੀ, ਹੁਣ ਅਸੀਂ ਪ੍ਰੋਫੈਸ਼ਨਲ ਬੰਦੇ ਹਾਂ, ਫੀਸ ਚਾਰਜ ਕਰਦੇ ਹਾਂ ਪਰ ਬੜੀ ਨੋਮੀਨਲ ਜੀ ਫੀਸ ਹੁੰਦੀ ਹੈ। ਮੈਂ ਹੈਰਾਨ ਹੁੰਦਾ ਸਮਟਾਈਮ ਸਟੂਡੈਂਟ ਲੋਕ ਇਹਨਾਂ ਗੱਲਾਂ ਬਾਰੇ ਵੀ ਸੋਚਣ ਲੱਗ ਪੈਂਦੇ ਨੇ। ਲੋਕਾਂ ਦੇ ਮਨ 'ਚ ਇੱਕ ਤਾਂ ਇਹ ਬੜਾ ਭੁਲੇਖਾ ਵਾ ਕਿ ਇੱਕ ਵਾਰ ਕੈਨੇਡਾ ਪਹੁੰਚ ਗਏ ਬਹੁਤ ਸਾਰੀ ਚੀਜ਼ਾਂ ਆਟੋਮੈਟਿਕ ਹੋ ਜਾਣੀਆਂ ਨੇ। ਕੋਈ ਚੀਜ਼ ਆਟੋਮੈਟਿਕ ਨਹੀਂ ਹੋਣੀ, ਵਰਕ ਪਰਮਿਟ ਵੀ ਆਟੋਮੈਟਿਕ ਨਹੀਂ ਮਿਲਣਾ, ਪੜ੍ਹਾਈ 'ਚੋਂ ਪਾਸ ਵੀ ਆਟੋਮੈਟਿਕ ਨਹੀਂ ਹੋਣਾ, ਕਾਲਜ ਨੇ ਕੋਈ ਵੀ ਗੱਲ ਤੁਹਾਨੂੰ ਆਟੋਮੈਟਿਕ ਨਹੀਂ ਦੱਸਣੀ ਹੈਗੀ। ਇੰਟਰਨੈਸ਼ਨਲ ਸਟੂਡੈਂਟ ਦੇ ਕੀ ਕਾਨੂੰਨ ਨੇ ਕੀ ਨਹੀਂ ਕਾਨੂੰਨ ਨੇ ਇਹ ਕਿਸੇ ਕਾਲਜ ਨੇ ਤੁਹਾਨੂੰ ਆਟੋਮੈਟਿਕ ਨਹੀਂ ਦੱਸਣਾ। ਕਾਲਜ ਇਸ ਗੱਲ ਨੂੰ ਬਾਉਂਡ ਨਹੀਂ ਹੈਗਾ, ਕਾਲਜ ਦਾ ਕੰਮ ਸਿਰਫ ਔਰ ਸਿਰਫ ਬਿਜ਼ਨਸ ਕਰਨਾ ਵਾ, ਕਾਲਜ ਸਿਰਫ ਤੁਹਾਨੂੰ ਪੜ੍ਹਾਉਂਦਾ ਵਾ, ਉਹਦਾ
ਉਹ ਕੰਟਰੀਜ਼ ਬੜੀਆਂ ਸਾਫ਼ ਸੁਥਰੀਆਂ ਕੰਟਰੀਜ਼ ਨੇ, ਉਹਦੇ ਸਿਸਟਮਸ ਨੋਰਮਸ ਬਹੁਤ ਵਧੀਆ ਨੇ, ਕੋਈ ਦੋ ਰਾਏ ਨਹੀਂ, ਪਰ ਉਹ ਕੰਟਰੀਜ਼ ਦੇ ਜਿਹੜੇ ਕਾਨੂੰਨ ਨੇ ਉਹ ਸਾਡੇ ਨਾਲ ਨਹੀਂ ਹੈਗੇ। ਇੱਕੋ ਹੀ ਬੰਦਾ 100 ਤਰ੍ਹਾਂ ਦੀ ਸਲਾਹ ਨਹੀਂ ਦਿੰਦਾ, ਸਾਡੇ ਇੰਡੀਆ 'ਚ ਤਾਂ ਹਰ ਬੰਦਾ ਹਰ ਤਰ੍ਹਾਂ ਦੀ ਸਲਾਹ ਹੀ ਦੇ ਦਿੰਦਾ ਵਾ, ਉਹ ਚਾਹੇ ਆਪ ਨੂੰ ਕੁਛ ਵੀ ਨਾ ਆਉਂਦਾ ਹੋਵੇ ਪਰ ਉਹ ਸਲਾਹ ਤੋਂ ਜਿਹੜੀ ਮਰਜ਼ੀ ਮੰਗ ਲਓ ਕੋਈ ਵੀ ਦੇ ਦਿੰਦਾ ਵਾ, ਉੱਥੇ ਇੱਦਾਂ ਨਹੀਂ ਹੈਗਾ। ਕਾਲਜ ਇੰਟਰਨੈਸ਼ਨਲ ਸਟੂਡੈਂਟ ਦੇ ਕੀ ਕਾਨੂੰਨ ਨੇ, ਕਿਹੜੇ ਕਾਨੂੰਨਾਂ ਨਾਲ ਬੰਨਿਆ ਹੋਇਆ ਇੰਟਰਨੈਸ਼ਨਲ ਸਟੂਡੈਂਟ, ਕੀ ਉਹਨੂੰ ਕਰਨਾ ਚਾਹੀਦਾ ਕੀ ਨਹੀਂ ਕਰਨਾ ਚਾਹੀਦਾ, ਜਿਹਦੇ ਨਾਲ ਉਹਨੂੰ ਕੱਲ੍ਹ ਨੂੰ ਵਰਕ ਪਰਮਿਟ ਮਿਲੇ ਜਾਂ ਨਾ ਮਿਲੇ, ਇਹਦੇ ਲਈ ਤੁਹਾਨੂੰ ਕੋਈ ਕਿਸੇ ਤਰ੍ਹਾਂ ਦੀ ਕਾਲਜ ਇਨਫੋਰਮੇਸ਼ਨ ਨਹੀਂ ਪ੍ਰੋਵਾਈਡ ਕਰਦਾ। ਹਾਂ, ਤੁਸੀਂ ਜਾ ਕੇ ਪੁੱਛਦੇ ਹੋ, ਉੱਥੇ ਬੜੀ ਵਾਰ ਉਹ ਕਹਿੰਦੇ ਨੇ ਕਿ ਅਸੀਂ ਇਨਫੋਰਮੇਸ਼ਨ ਨਹੀਂ ਦੇ ਸਕਦੇ ਕਿਉਂਕਿ ਅਸੀਂ ਕਾਨੂੰਨ ਨਾਲ ਬੰਨੇ ਹੋਏ ਹਾਂ, ਤੁਹਾਨੂੰ ਕੋਈ ਜਿਹੜਾ ਲਾਇਸੈਂਸ ਇਮੀਗ੍ਰੇਸ਼ਨ ਕੰਸਲਟੈਂਟ ਉਹਦੇ ਕੋਲ ਜਾਣਾ ਪੈਣਾ ਵਾ। ਇਸ ਕਰਕੇ ਜੇ ਪਹਿਲਾਂ ਹੀ ਆਪਾਂ ਇੱਥੋਂ ਜਾਂਦੇ ਹਾਂ ਤਾਂ ਕਿਉਂ ਨਹੀਂ ਆਪਾਂ ਇੱਕ ਲਾਇਸੈਂਸ ਇਮੀਗ੍ਰੇਸ਼ਨ ਕੰਸਲਟੈਂਟ ਕੋਲੋਂ ਹੀ ਸਲਾਹ ਲੈ ਲਈਏ, ਸਾਰਾ ਕੁਛ ਆਪਾਂ ਨੂੰ ਪਹਿਲੇ ਸਟੈਪ 'ਤੇ ਪਤਾ ਹੁੰਦਾ ਵਾ। ਅਤੇ ਹੁਣ ਗੱਲ ਅੱਗੇ ਆ ਜਾਂਦੀ ਹੈ PR ਦੀ, ਜਦ ਆਪਾਂ ਨੂੰ ਪਹਿਲੇ ਸਟੈਪ 'ਤੇ ਪਤਾ ਵਾ ਕਿ ਕਿਹੜੇ ਕਾਲਜ ਜਾਣਾ ਵਾ, ਪ੍ਰਾਈਵੇਟ ਜਾਈਏ ਨਾ ਜਾਈਏ, ਇੱਕ ਸਾਲ ਇੱਥੇ ਲਾਈਏ ਦੂਜਾ ਸਾਲ ਉੱਥੇ ਲਾਈਏ, ਆਪਾਂ ਕਿਉਂ ਇਹਨਾਂ ਸਿਚੁਏਸ਼ਨ ਵਿੱਚ ਫਸਣਾ ਵਾ। ਮੇਰੇ ਕੋਲ ਵੀ ਇਹੋ ਜਿਹੇ ਬਹੁਤ ਪ੍ਰਾਈਵੇਟ ਕਾਲਜ ਨੇ ਜਿੱਥੇ ਤੁਹਾਨੂੰ ਘੱਟ ਬੈਂਡ 'ਤੇ ਐਕਸੈਪਟੈਂਸ ਮਿਲ ਜਾਂਦੀ ਆ, ਮੈਂ ਉਹਨਾਂ ਨੂੰ ਪ੍ਰਮੋਟ ਨਹੀਂ ਕਰਦਾ, ਦੂਜੀ ਗੱਲ ਆ, ਪਰ ਮੈਂ ਕਰਦਾ ਉਹਨਾਂ ਚੀਜ਼ਾਂ ਨੂੰ। ਤੁਹਾਡਾ ਹੈਗਾ ਵੀ ਹਾਂ ਅਸੀਂ ਕਰਨਾ ਹੀ ਆਏ ਹਾਂ, ਪਰ ਮੈਂ ਅਸੀਂ ਉਹ ਧੋਖੇ ਧੜੀ ਵਾਲਾ ਕੋਈ ਸਬਜ਼ ਬਾਗ ਦਿਖਾ ਕੇ ਕੋਈ ਪੈਕੇਜ ਬਣਾ ਕੇ ਅਸੀਂ ਨਹੀਂ ਵੇਚਦੇ ਹੈਗੇ ਇਹਨਾਂ ਦਾ ਕੰਮ, ਅਸੀਂ ਸਾਫ਼ ਸੁਥਰਾ ਔਰ ਕਲੀਨ ਕੰਮ ਕਰਦੇ ਹਾਂ। ਪਰ ਮੈਂ ਤੁਹਾਨੂੰ ਇਹ ਜ਼ਰੂਰ ਕਹੂੰਗਾ ਕਿ ਅਸੀਂ ਸਲਾਹ ਤੁਹਾਨੂੰ ਚੰਗੀ ਔਰ ਸਾਫ਼ ਸੁਥਰੀ ਦੇ ਸਕਦੇ ਹਾਂ, ਇੱਦਾਂ ਦੇ ਚੱਕਰਾਂ 'ਚ ਨਾ ਹੀ ਫਸੋ ਵੀ ਜਿੱਥੇ ਤੁਹਾਨੂੰ ਇੱਕ ਥਾਂ 'ਤੇ ਜਾ ਕੇ ਦੂਜੀ ਥਾਂ 'ਤੇ ਸਵਿੱਚ ਕਰਨਾ ਪਵੇ। ਇਹ ਜਿਹੜੀਆਂ ਚੀਜ਼ਾਂ ਨੇ ਇਹ ਤੁਹਾਨੂੰ ਕੱਲ੍ਹ ਨੂੰ ਪੋਸਟ ਗ੍ਰੈਜੂਏਟ ਵਰਕ ਪਰਮਿਟ ਲੈਣ ਦੇ ਵਿੱਚ ਬਹੁਤ ਬੜਾ ਅੜਿੱਕਾ ਪੈਦਾ ਕਰ ਸਕਦੀਆਂ ਨੇ, ਚਾਹੇ ਤੁਸੀਂ ਬਹੁਤ ਘੱਟ ਟਾਈਮ ਤੋਂ ਬਾਅਦ ਸਵਿੱਚ ਕਰਗੇ। ਇਹ ਤਾਂ ਹੋ ਗਿਆ, ਕਰ ਸਕਦੀਆਂ ਨੇ, ਮੈਂ ਸਪਸ਼ਟ ਜਵਾਬ ਚਾਹੁੰਦਾ, ਅੜਿੱਕਾ ਪੈਦਾ ਕਰਦੀਆਂ ਨੇ ਜਾਂ ਨਹੀਂ? ਕਰਦੀਆਂ ਨੇ, ਬਹੁਤ ਸੁਣ ਸੁਣ ਕਰਦੀਆਂ ਨੇ। ਠੀਕ ਹੈ, ਇਹਦਾ ਮਤਲਬ ਹੈ ਜਦੋਂ ਪ੍ਰਾਈਵੇਟ ਕਾਲਜ 'ਚ ਸਟੂਡੈਂਟ ਜਾ ਕੇ ਪੜ੍ਹਦੇ ਆ ਫਿਰ ਉਹ ਸਰਕਾਰੀ 'ਚ ਜਾਂਦੇ ਆ ਤੇ ਉਸ ਤੋਂ ਬਾਅਦ ਉਹਨਾਂ ਨੂੰ ਵਰਕ ਪਰਮਿਟ ਲਈ ਅੜਿੱਕਾ ਪੈਦਾ ਹੁੰਦਾ। ਬਿਲਕੁਲ, ਮੇਰੇ ਕੋਲ PR ਲਈ ਵੀ ਦਿੱਕਤ ਆਉਂਦੀ ਹੈ, ਹੁਣ ਜੇ ਵਰਕ ਪਰਮਿਟ ਨਹੀਂ ਮਿਲਣਾ PR ਵਾਲੀ ਕਹਾਣੀ ਤਾਂ ਆਟੋਮੈਟਿਕ ਹੀ ਬੰਦ ਹੋਗੀ ਤੁਹਾਡੀ ਜੀ। ਇਹਦਾ ਮਤਲਬ ਹੈ ਤੁਸੀਂ ਕੀ ਕਿਸੇ ਵੀ ਸੂਰਤ 'ਚ ਵਿਦਿਆਰਥੀ ਨੂੰ ਰਿਕਮੈਂਡ ਕਰੋਗੇ ਕਿ ਉਹ ਪ੍ਰਾਈਵੇਟ ਕਾਲਜ ਚੱਲ ਜੇ ਜਿੱਥੇ ਵਰਕ ਪਰਮਿਟ ਨਹੀਂ ਹੈ? ਨਾ, ਮੈਨੂੰ ਕਦੇ ਵੀ ਰਿਕਮੈਂਡ ਨਹੀਂ ਕਰਦਾ ਹੈਗਾ ਅਨਲੈਸ ਅੰਟਲ। ਹਾਂ, ਉਹਦੇ ਕੁਛ ਸਿਚੁਏਸ਼ਨ ਇਹੋ ਜਿਹੇ ਨੇ, ਕੁਛ ਪ੍ਰਾਈਵੇਟ ਕਾਲਜ ਇਹੋ ਜਿਹੇ ਹੈਗੇ ਨੇ ਜਿਨ੍ਹਾਂ 'ਚ ਕਿਸ ਨਾ ਕਿਸੇ ਰਾਸਤੇ ਥਰੂ ਤੁਸੀਂ ਪੋਸਟ ਗ੍ਰੈਜੂਏਟ ਵਰਕ ਪਰਮਿਟ ਲੈ ਸਕਦੇ ਹੋ ਜੀ। ਉਹ ਵੀ ਹੈਗੇ ਨੇ ਇੱਦਾਂ ਦੇ ਕਾਲਜ, ਪਰ ਉਹਨਾਂ ਦੀ ਪ੍ਰਮੋਸ਼ਨ ਨਹੀਂ ਹੁੰਦੀ ਆਮ। ਮਤਲਬ ਅੱਖਾਂ ਬੰਦ ਕਰਕੇ ਪ੍ਰਾਈਵੇਟ ਕਾਲਜ 'ਚ ਦਾਖਲਾ ਨਾ ਲਓ। ਦੇਖੋ, ਪ੍ਰਮੋਸ਼ਨ ਉਹਨਾਂ ਕਾਲਜਾਂ ਦੀ ਜ਼ਿਆਦਾ ਹੁੰਦੀ ਹੈ ਜਿੱਥੇ ਕੰਸਲਟੈਂਟ ਨੂੰ ਫਾਇਦਾ ਜ਼ਿਆਦਾ ਵਾ। ਉਹ ਚੰਗਾ ਕਾਲਜ ਨੂੰ ਪ੍ਰਮੋਟ ਕਿਉਂ ਕਰੂਗਾ? ਉਹਦੇ ਉਹਨੂੰ ਪੈਸੇ ਨਹੀਂ ਬਣਦੇ ਹੈਗੇ ਉੱਥੇ। ਇਸ ਕਰਕੇ ਤੁਸੀਂ ਅਗਰ ਪ੍ਰਾਈਵੇਟ ਕਾਲਜ ਵੀ ਜਾਣਾ ਵਾ, ਸਲਾਹ ਚੰਗੇ ਬੰਦੇ ਕੋਲੋਂ ਮੈਂ ਵਾਰ ਵਾਰ ਹੀ ਕਹਿਣਾ ਵਾ, ਸਲਾਹ ਪਹਿਲਾ ਜਿਹੜਾ ਸਟੈਪ ਹੁੰਦਾ ਤੁਹਾਡਾ ਪਹਿਲਾ ਸਟੈਪ ਹੀ ਰਾਈਟ ਹੋਣਾ ਚਾਹੀਦਾ ਵਾ। ਮੇਰੇ ਕੋਲ ਇਹੋ ਜਿਹੇ ਬਹੁਤ ਕੇਸ ਨੇ ਜਿੱਥੇ ਬੱਚੇ ਨੇ 2 ਸਾਲ ਦੀ ਪੜ੍ਹਾਈ ਪੂਰੀ ਕਰ ਲਈ ਔਰ ਚੰਗਾ ਬੱਚਾ ਸੀ, 70-75 ਪਰ ਨੰਬਰ ਸੀਗੇ, 2 ਸਾਲ ਦੀ ਪੜ੍ਹਾਈ ਪੂਰੀ ਕਰ ਲਈ, 3 ਸਾਲ ਦਾ ਵਰਕ ਪਰਮਿਟ ਲੈ ਲਿਆ, 3 ਸਾਲ ਵੀ ਪੂਰੇ ਹੋ ਗਏ ਪਰ ਉਹ PR ਨਹੀਂ ਹੋਇਆ। ਪਿੱਛੇ ਮਾਂ ਬਾਪ ਵੀ ਵਿਚਾਰੇ ਤਕਲੀਫ 'ਚ ਨੇ, ਬੱਚਾ ਵੀ ਤਕਲੀਫ 'ਚ ਆ, ਪੈਸੇ ਵੀ ਬਹੁਤ ਲੱਗ ਗਏ। ਅਸੀਂ ਤਾਂ ਹੀ ਵਾਰ ਵਾਰ ਕਹਿੰਦੇ ਜਿਹੜਾ ਪਹਿਲਾ ਸਟੈਪ ਆ ਤੁਹਾਡਾ, ਤੁਰਨ ਤੋਂ ਪਹਿਲਾਂ ਹੀ ਆਪਾਂ ਪੁੱਛੀਏ ਕਿ ਰਸਤਾ ਕਿਹੜਾ ਵਾ। ਅਗਰ ਉਹ ਰਸਤੇ ਵਿੱਚ ਕਦੇ ਕੋਈ ਰੁਕਾਵਟ ਆਉਂਦੀ, ਇਸ ਨੂੰ ਫਿਰ ਗਾਈਡ ਕਰ ਸਕਦੇ ਹਾਂ, ਐਂ ਨਹੀਂ ਤੁਸੀਂ ਐਂ ਕਰ ਲਓ, ਰਾਦਰ ਦੈਨ ਆਪਾਂ ਬਲਾਈਂਡਲੀ ਚਲੇ ਜਾਈਏ। ਫਿਰ ਉੱਥੇ ਜਿਹੜਾ ਬੱਚਾ ਵੀ ਹੁੰਦਾ, ਬੱਚਾ ਬਹੁਤ ਸਾਰੀਆਂ ਗੱਲਾਂ ਮਾਂ ਬਾਪ ਨੂੰ ਨਹੀਂ ਦੱਸਦਾ, ਉਹ ਸ਼ੇਅਰ ਨਹੀਂ ਕਰਦਾ ਮਾਂ ਬਾਪ ਦੇ ਨਾਲ, ਕਿਉਂਕਿ ਉਹ ਬੜੀ ਸਿਚੁਏਸ਼ਨ ਉਹਦੀ ਇਹੋ ਜਿਹੀ ਹੁੰਦੀ ਆ, ਉਹਨੂੰ ਪਤਾ ਮੇਰੇ ਮਾਂ ਬਾਪ ਮੇਰੀ ਹੈਲਪ ਨਹੀਂ ਕਰ ਸਕਦੇ, ਅਨਸੈਸਰੀ ਹੋ ਕੇ ਫਿਰ ਬੋਦਰੇਸ਼ਨ ਵੀ ਨਹੀਂ ਦੇਣਾ ਚਾਹੁੰਦਾ। ਉਹਦੀ ਜਿਹੜੀ ਮੈਕਸੀਮਮ ਸਲਾਹ ਹੁੰਦੀ ਆ ਦੋਸਤ ਮਿੱਤਰਾਂ ਨਾਲ ਹੀ ਹੁੰਦੀ ਆ, ਕਾਲਜ ਦੇ ਵਿੱਚ ਜਿਹੜੇ ਦੋਸਤ ਮਿੱਤਰ ਹੁੰਦੇ ਨੇ ਜਾਂ ਜਿੱਥੇ ਉਹ ਕੰਮ 'ਤੇ ਜਾਂਦਾ ਉੱਥੇ ਦੋਸਤ ਮਿੱਤਰਾਂ ਨਾਲ, ਪਰ ਉਹ ਕਿਉਂਕਿ ਉਹਨਾਂ ਨੂੰ ਇਮੀਗ੍ਰੇਸ਼ਨ ਦੀ ਨੌਲੇਜ ਨਹੀਂ ਹੁੰਦੀ। ਇਸ ਕਰਕੇ ਇਹੋ ਜਿਹੇ ਬਹੁਤ ਸਾਰੇ ਕੇਸਿਸ ਨੇ ਜਿੱਥੇ ਤੁਹਾਨੂੰ ਸਾਰਾ ਕੁਝ ਠੀਕ ਹੋਣ ਦੇ ਬਾਵਜੂਦ ਵੀ ਤੁਸੀਂ ਅਨਫੋਰਚੁਨੇਟਲੀ PR ਵਾਲੇ ਪਾਸੇ ਨਹੀਂ ਵੱਧ ਪਾਉਂਦੇ। ਇਸੇ ਕਰਕੇ ਅਸੀਂ ਕਹਿੰਦੇ ਹਾਂ ਜਿਹੜਾ ਤੁਹਾਡੀ ਜਿਹੜੀ ਕੰਸਲਟੈਂਸੀ ਆ ਇਹ ਪਹਿਲੇ ਸਟੈਪ ਤੋਂ ਹੀ ਬਹੁਤ ਠੀਕ ਠਾਕ ਹੋਣੀ ਚਾਹੀਦੀ ਆ। ਬਿਲਕੁਲ ਜੀ, ਇਹ ਬੜਾ ਜ਼ਰੂਰੀ ਹੈ। ਗਿੱਲ ਸਾਹਿਬ, ਹੁਣ ਮੈਂ ਇਹ ਵੀ ਜਾਣਨਾ ਚਾਹੁੰਦਾ PR ਦੇ ਪ੍ਰੋਸੈਸ ਨੂੰ ਇੱਕ ਸਧਾਰਨ ਵਿਦਿਆਰਥੀ ਨੂੰ ਕਿੰਨੇ ਕੁ ਸਾਲ ਲੱਗਦੇ ਨੇ ਕੈਨੇਡਾ 'ਚ, ਕੀ ਉਹਦਾ ਮੋਟਾ ਮੋਟਾ ਪਲਾਨ ਦੱਸ ਦਿਓ, ਕੀ ਕਰੇ ਵਿਦਿਆਰਥੀ? 2 ਸਾਲ ਦੀ ਪੜ੍ਹਾਈ ਤੋਂ ਬਾਅਦ 3 ਸਾਲ ਦਾ ਵਰਕ ਪਰਮਿਟ ਹੈ ਤੁਹਾਡੇ ਕੋਲ, ਉਹ 3 ਸਾਲ ਦੇ ਵਿੱਚ ਤੁਹਾਡੇ ਕੋਲ ਮੈਂ ਪਲੱਸ ਟੂ ਵਾਲੇ ਬੱਚਿਆਂ ਨੂੰ ਅਪਰੋਕਸੀਮੇਟਲੀ 1.5 ਤੋਂ 2 ਸਾਲ ਲੱਗ ਜਾਂਦੇ ਨੇ PR ਲਈ ਐਲੀਜੀਬਲ ਹੋਣ ਲਈ। ਇਹ ਵੀ ਹੁਣ ਅਗੇਨ ਡਿਪੈਂਡ ਕਰਦਾ ਵਾ ਆਪਾਂ ਕਿਹੜੀ ਕੈਟੇਗਰੀ 'ਚ ਐਪਲੀਕੇਸ਼ਨ ਪਾ ਰਹੇ ਹਾਂ ਔਰ ਕਿਹੜੇ ਪ੍ਰੋਵਿੰਸ ਵਿੱਚ ਪਾ ਰਹੇ ਹਾਂ, ਕਿਹੜੀ ਸਟੇਟ ਵਿੱਚ ਪਾ ਰਹੇ ਹਾਂ। ਇਹ ਵੀ ਚੀਜ਼ਾਂ ਬਹੁਤ ਮੈਟਰ ਕਰਦੀਆਂ ਨੇ, ਕਿਹੜੇ ਸਟੇਟ 'ਚ ਪਾ ਰਹੇ ਹਾਂ, ਕਿਹੜੇ ਕੈਟੇਗਰੀ 'ਚ ਪਾ ਰਹੇ ਹਾਂ। ਆਮ ਤੌਰ 'ਤੇ ਹੁਣ ਐਵਰੇਜ ਸਾਲ ਤਾਂ ਬਹੁਤ ਘੱਟ ਟਾਈਮ ਹੈ ਕਹਿੰਦਾ, 1.5 ਤੋਂ ਲੈ ਕੇ 2 ਸਾਲ ਲੱਗ ਜਾਂਦੇ ਨੇ। ਫਿਰ ਇਹ ਕਾਨੂੰਨ ਸਟੇਬਲ ਨਹੀਂ ਹੈਗੇ, ਕਾਨੂੰਨ ਟਾਈਮ ਟੂ ਟਾਈਮ ਚੇਂਜ ਵੀ ਹੁੰਦੇ ਰਹਿੰਦੇ ਨੇ। ਇਸ ਕਰਕੇ ਪਹਿਲਾਂ ਜਿਹੜਾ ਤੁਸੀਂ ਇੱਥੋਂ ਸਿਲੈਕਸ਼ਨ ਕਰਦੇ ਹੋ ਇਹ ਜ਼ਰੂਰ ਖਾਸ ਖਿਆਲ ਰੱਖੋ ਜੀ ਕਿ ਤੁਸੀਂ ਇਸ ਪ੍ਰੋਵਿੰਸ
और मई इनटेक दी संभावनावां ते गल करना चाहूँगा कि हले भी जनवरी इनटेक माड़ा मोटा है क्योंकि आ दिवाली वाला टाइम आ गया। हाँ जी, जनवरी इनटेक हले भी कितें ना कितें थोड़ी थोड़ी ऑप्शन है। इस तों अलावा मार्च इनटेक हैगा साडे कोल मॉन्ट्रियल दे विच, जिथे बड़े तरह के प्रोग्राम्स ने, प्लस टू वाले बच्चे दी हर स्ट्रीम दे, नॉन मैडिकल, मैडिकल, कॉमर्स, आर्ट्स, ग्रैजुएट बच्चों लिए भी कुछ ऑप्शन है अवेलेबल मार्च में, तुम कर सकते हो। कुछ कॉलेजेस दे कोल अप्रैल दी भी समटाइम इनटेक होंदी आ, उत्थे भी देख सकते हो। मई इनटेक तो ओपन हैगी आ बहुत सारी जगह के उपर, कैनेडा च, ओंटैरियो च बहुत जगह अवेलेबल आ, टोरंटो में हैगा वा, वैंकूवर, सरी दे विच कॉलेज ओपन है, यूनिवर्सिटीज ओपन है। इस तों अलावा तुहानू कैनेडा के होर बड़े प्रोविंसिज है जिन्हां दे विच मई इनटेक दीआं इस टाइम ते एप्लीकेशन एक्सैप्ट हो रही ने। तुसीं जलंधर, लुधियाणा जिहड़ा भी नीयरेस्ट ऑफिस तुहाडे कोल हैगा वा, तुहाडे रेजिडेंस के नज़दीक हैगा, उत्थे आ के तुसीं आपदी एप्लीकेशन जिन्नी जल्दी हो सके प्रोसैस करा सकते हो। मई इनटेक ते ख्याल रखियो, गल ये बड़ा छोटा इनटेक हुंदा वा, नंबर ऑफ कोर्सेज बड़े लिमिटेड हुंदे ने, नंबर ऑफ सीट्स बड़ी लिमिटेड हुंदियां ने, इस करके इहदी एप्लीकेशन ना सोचो कि मई इनटेक बहुत दूर आ, जिनी जल्दी हो सकता अगर तुसी नॉर्म सारे फुलफिल कर दे एज क्विकली एज पॉसिबल, तुसी आपकी एप्लीकेशन साडे कोल आके प्रोसेस करा सकते हो। बिल्कुल जी। चलो गिल साहब, कि दिन कितने कितने मिलते हो एक बार फिर जानकारी? हाँ, मैं दस दिता सीगा कि मंडे टू वेडनसडे एंड सैटरडेज मैं जलंधर होना वा, और आम तौर पर थर्सडे तो फ्राइडे मैं लुधियाने अवेलेबल होना वा। तुसी मैनू मिलना चाहते हो, अपॉइंटमेंट लैके जरूर आके मिल सकते हो। चलो, बहुत बहुत धन्यवाद गिल साहब। थैंक यू जी, सत श्रीकाल सर।